الرحيم الشيطان الرجيم بسم الله الرحمن الرحيم السلام عليكم ورحمة الله وبركاته امید کرتا ہوں کہ میرے بہن بھائی صاحب ٹھیک ہوں گے الحمد للہ بہن بھائی کسی کے پر دعاؤں نے کٹ دوا وا پھر دیکھنے والے بہن انو بھائی انہوں نے بہت سانس کی کہتے ہوئے اپنی سنا رہے تھے آمین سم آمین کٹ دوا وا جنہیں بہنوں کو بھائیوں کو اولاد نہیں ہے رب ان سے نیک سارے اللہ نوازے آمین سم آمین جڑے میرے دو بزرگ بہن بھائی بیمار نے اللہ پاک انہیں صحت دے تندرستی دے اس طرح میں سب بہن بھائی بس دعا کر رہا ہوں سب بہن بھائی میرے اہل و عیال واسطے میری فیملی واسطے میرے بچوں واسطے دعا کر دیں ਕਰ ਰਹੇ ਆਪਣੇ ਅੱਜ ਦੀ ਵੀਡੀਓ ਦਾ ਆਗਾਜ਼ ਮੈਂ ਤੁਹਾਡਾ ਬਾਈ ਮੁਹੰਮਦ ਅਸਲਾਨ ਦੇਖ ਰਹੇ ਹੋ ਮੇਰੇ ਚੈਨਲ ਮੁਹੰਮਦ ਲੋਕ ਕੰਮ ਦੀ ਰੋਟੀ ਸੀ ਉਹ ਸ਼ੇਅਰ ਕੀਤੀ ਹੈ ਲੇਕਿਨ ਹੁਣ ਕੰਮ ਦੀ ਵੀਡੀਓ ਮੈਂ ਨਹੀਂ ਜਾ ਕੇ ਬਣਾ ਸਕਦਾ ਕੱਲ੍ਹ ਤੋਂ ਬਣਾਵਾਂਗਾ ਕਿਉਂਕਿ ਅੱਜ ਬਾਰਿਸ਼ ਪਈ ਹੈ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਔਰ ਪਾਣੀ ਲਾੜੀ ਜਮ੍ਹਾਂ ਹੋ ਗਿਆ ਵਾ ਅਤੇ ਪਾਣੀ ਕੱਲ੍ਹ ਤੱਕ ਵੀ ਸਾਰਾ ਕੁਛ ਹੋ ਜਾਏਗਾ ਲੱਗ ਰਿਹਾ ਅੱਜ ਅੱਜ ਘਰ ਟੀਮ ਦੀ ਹੈਲਪ ਕਰਨ ਲੱਗੇ ਹਾਂ ਠੀਕ ਹੈ ਸਭ ਤੋਂ ਪਹਿਲੇ ਚੂਲ੍ਹਾ ਸਾਫ਼ ਕਰਦੇ ਹਾਂ ਚੂਲ੍ਹਾ ਸਾਫ਼ ਕਰਕੇ ਬੇਗਮ ਨੂੰ ਕਿਹਾ ਵਾ ਕਿ ਬਾਰਿਸ਼ ਪਈ ਹੈ ਮੌਸਮ ਥੋੜ੍ਹਾ ਠੰਡਾ ਹੈ ਅਤੇ ਸਪੈਸ਼ਲ ਜੀ ਚੀਜ਼ ਬਣਾ ਦਿਓ ਕਿਹੜੇ ਚੂਲ੍ਹਾ ਬਣਾ ਦਿੰਦੇ ਹਾਂ ਦਰਅਸਲ ਨਾ ਕਰੋ ਨਾ ਕਰੋ ਯਾਰ ਨਾ ਕਰੋ ਨਾ ਕਰੋ ਹੋਰ ਨਾ ਫਾਤਮਾ ਦੇਖੋ ਮਿਠਾਈ ਮੈਂ ਕਿਤੇ ਆ ਤਾਂ ਵਧੀਆ ਬਹੁਤ ਸਵਾਹ ਵਾ ਖੜੀ ਅੱਛਾ ਜੀ ਮੁਹੰਮਦ ਦੇ ਪਾਪਾ ਨੇ ਛੱਡਾ ਹੀ ਸਫਾਈ ਕਰ ਦਿੱਤੀ ਸਵਾਹ ਵਗੈਰਾ ਕਰ ਦਿੱਤੀ ਉੱਥੇ ਸੁਬਹ ਦੀ ਬਾਰਿਸ਼ ਪੈ ਰਹੀ ਸੀਗੀ ਅਤੇ ਚੁੱਲ੍ਹਾ ਜਿਹੜਾ ਸੀ ਨਾ ਗਿੱਲਾ ਹੋਇਆ ਸੀਗਾ ਸਾਹ ਦੇ ਵਿੱਚ ਸੀ ਗਿੱਲੀ ਅਤੇ ਨਿਕਾਲ ਕੇ ਹੁਣ ਅੱਗ ਜਲਾਉਣ ਲੱਗੇ ਕੋਈ ਲੱਕੜਾਂ ਜਿਹੜੀਆਂ ਕਾਫੀ ਫਿਰ ਅੱਗ ਨਹੀਂ ਜਲਦੀ ਬਲਦੀ ਹੈਗੀ ਅਤੇ ਬਰੀਕ ਬਰੀਕ ਕਰਨ ਦੇ ਇਹ 'ਚ ਹੋਰ ਥੋੜ੍ਹੀ ਬਰੀਕ ਹੋ ਜੂਗਾ ਨਹੀਂ ਆਏ ਕੁਛ ਹੋਰ ਕਰ ਦਿਓ ਸਰ ਬਾਲਣ ਦੀ ਬਹੁਤ ਟੈਨਸ਼ਨ ਸੀ ਫਿਰ ਆਪਾਂ ਸਿਲੰਡਰ ਭਰਾ ਕੇ ਲਏ ਆ ਨਾ ਬਾਅਦ ਮੈਂ ਆਪਣੇ ਪਾਪਾ ਨੂੰ ਤੰਗ ਕਰਨ ਦਈ ਸੀਗੀ ਉਹਦਾ ਪਾਪਾ 4 ਵਜੇ 'ਚ ਬਿਠਾ ਕੇ ਆਇਆ ਕਿਉਂਕਿ ਨਾਲ ਹਮਸਾਇਆ ਦੇ ਡੋਗੀ ਬੋਲਣ ਦਿਆ ਮੈਂ ਭੈਣ ਬਾਈ ਨੂੰ ਸੂਚਨਾ ਕਰਾਂ ਆਵਾਜ਼ ਆ ਰਹੀ ਹੈ ਪਤਾ ਕਿਉਂ ਬੋਲ ਰਿਹਾ ਭਾਈ ਹਾਂਜੀ ਘਰ ਕੋਈ ਨੀ ਹੈਗਾ ਸ਼ਾਇਦ ਇਕੱਲਾ ਕਰਕੇ ਨਾ ਕਹਿ ਰਿਹਾ ਮੈਂ ਵੀ ਨਾਲ ਕਰੋਨਾ ਦਾਨਿਸ਼ ਇੱਧਰ ਆ ਜਾਓ ਮੇਰੇ ਤਾਂ ਲੱਗ ਜਾਏਗਾ ਯਾਰ ਲੱਕੜਾ ਪਾੜ ਕੇ ਫਿਰ ਅੱਗ ਜਲਾ ਕੇ ਦਊਗਾ ਗੈਸ 'ਤੇ ਅੰਮੀ ਨਾਲੇ ਖਾਣਾ ਰੱਖਿਆ ਖਾਣਾ ਤਿਆਰ ਹੁੰਦਾ ਨਾਇਆ ਮੈਂ ਕਹਾ ਤਾਂ ਮੈਂ 4 ਪਾਈ ਦੇ ਉੱਤਰ ਕੇ ਫਿਰ ਆ ਗਈ ਇਹ ਤੋਂ ਛੋਟਾ ਪੀਸ ਕਰੀਏ ਛੋਟਾ ਕਰੀਏ ਤੁਹਾਡੇ ਨਾਲ ਕੰਮ ਕਰ ਨਾਇਆ ਲੱਕੜ ਫੜਾਉਣਾ ਵੇਖੀ ਮੇਰੇ ਕੋਲ ਲੈ ਕੇ ਆ ਜੀ ਨਾਇਆ ਬਾਲਣ ਲੈ ਕੇ ਚੁੱਕ ਕਿਸੇ ਨੇ ਚੁੱਲ੍ਹੇ ਅੱਗੇ ਰੱਖੋ ਲਿਆ ਕੇ ਇੱਥੇ ਚੁੱਲ੍ਹੇ ਅੱਗੇ ਰੱਖੋ ਉਦੋਂ ਦੀਆਂ ਲੱਕੜੀਆਂ ਲੈ ਕੇ ਬੈਠੀਆਂ ਪਾਪਾ ਲੈ ਕੇ ਆਏ ਤੇ ਨਾਰ ਫੜਾ ਕੇ ਨਾਇਆ ਦਾ ਹਿੱਸਾ ਵਿੱਚ ਉਦੋਂ ਦੀਆਂ ਝੋਲੀ 'ਚ 2 ਲੱਕੜਾਂ ਰੱਖ ਕੇ ਬੈਠੀ ਸੀਗੀ ਆਹ ਇੱਟਾਂ ਗਈਆਂ
ਬਿੰਦੋ ਕਹਿੰਦੀ ਨਹੀਂ ਹੈਗਾ, ਸਿੱਧਾ ਹੀ ਹੈ। ਮੈਂ ਨਹੀਂ ਲੜਦਾ ਪਿਆ। ਹਾਂਜੀ ਆਹ ਦੇਖੋ, ਆ ਗਿਆ ਆ ਗਿਆ ਆ ਗਿਆ ਆ ਗਿਆ ਆ। ਬਿਸਮਿਲ੍ਲਾ ਕਿਉਂਕਿ ਕਾਸਿਆ ਨਹੀਂ ਸੀ ਨਾ ਤੇ ਤਾਂ ਕਰਕੇ ਅਜੇ ਪਾਵੇ ਦੇ ਨਾਲ ਵੱਲ ਆ। ਨਾਇਆ ਫਾਤਮਾ ਲੱਕੜਾ ਚੱਕ ਕੇ ਭੱਜੀ ਜਾਂਦੀ, ਫਿਰ ਮੈਂ ਵੀ ਇੱਦਾਂ ਕਰਦੀ ਹੈ, ਸ਼ਵਾ ਚੱਕ ਚੱਕ ਕੇ ਸਾਰੇ ਸਿਰ ਨੂੰ ਚਖਲਾ ਦਿੰਦੀ ਹੈ। ਹੁਣ ਦੇਖੋ ਲਿਆ ਕੇ ਇੱਥੇ ਖੜ ਗਈ ਹੈ, ਮੰਮਾ ਦਾਨ ਛੋਇਆ ਹੋਇਆ ਆਪਣੀ ਮੰਮਾ ਦੇ ਸਿਰ 'ਤੇ, ਅਤੇ ਮੈਨੂੰ ਦੁੱਧ ਦੇ ਦੇ ਜਾਂਦੀ ਫੀਟਰ ਪਾ ਕੇ। ਗਰਮ ਕਰਕੇ ਘੇਨ ਵਿੱਚ ਹੀ ਪਾ ਦੇ ਨਾ। ਨਾ ਫਾਤਮਾ ਛਿਲ ਛਿਲਤਾ ਨਾ ਜਨ ਵਾਂਸ ਦੀਆਂ ਹੰਠਾ ਦੀਆਂ ਤੂੰ ਪਰਲੇ ਸਿਆਣ ਖੜੇ ਕਰਦੇ, ਖੜੇ ਕਰਦੇ ਇੱਥੇ ਖੜੀਆਂ ਕਰਦੇ। ਰੱਸੀਆਂ ਨੂੰ ਬੰਦ ਹੋ ਗਈਆਂ, ਆ ਗਏ ਦੋਨੋਂ ਹੀ ਆ ਗਏ ਹੁਣ ਰਸਤਰਾਂ ਪਿੱਛੇ ਬੈਕ ਦੇਖੀ ਨਾ ਫਾਤਮਾ ਆਦਰ ਉੱਤੇ ਬਹਿ ਨਾ ਜਾਈ ਜਾਗੀ, ਉਹਨੇ ਫੱਟੀ 'ਤੇ ਬਹਿਣਾ ਫੱਟੀ 'ਤੇ। ਚੱਲ ਠੀਕ ਹੋ ਗਿਆ, ਤੁਸੀਂ ਜਾਓ। ਅਸੀਂ ਅੱਗ ਮੁਹੰਮਦ ਦੰਦ ਪਾਪਾ ਨੂੰ ਚਲਾ ਦਿੱਤੀ, ਸੂਜੀ ਜਿਹੜੀ ਆ ਇੱਕ ਪਿਆਲੀ ਸੂਜੀ ਮੈਂ ਲੈ ਲਈ, ਸਭ ਤੋਂ ਪਹਿਲੇ ਛਾਣ ਦੀ ਥਾਲ ਵਿੱਚ ਕਿ ਅੱਜ ਮੌਸਮ ਵੀ ਠੰਡਾ, ਸੂਜੀ ਜਿਹੜੀ ਮੈਂ ਛਾਣ ਲਈ ਆ, ਕੋਈ ਸੁਸਰੀ ਵਗੈਰਾ ਹਾਂਜੀ। ਆ ਦੇਖੋ ਗੁੜ ਦੀ ਚਾਸਣੀ ਜਿਹੜੀ ਬਣੀ ਪਈ ਆ, ਅਤੇ ਹੁਣ ਗੁੜ ਸੂਜੀ ਬਣਾਉਣਾ ਸਟਾਰਟ ਕਰਨਾ। ਅੱਛਾ ਜੀ ਪੀਲੀ ਉੱਪਰ ਰੱਖ ਲਈ, ਅੱਗ ਥੋੜ੍ਹੀ ਮੱਠੀ ਪੈ ਗਈ, ਕੋਈ ਨਹੀਂ ਅੱਗ ਹਵਾ ਨਾ ਤੇਜ਼ ਹੋ ਜਾਊਗੀ, ਆਪੇ ਹਵਾ ਚੱਲਣ ਦੀ ਫਿਰ ਇਸ ਤਰ੍ਹਾਂ ਹੀ ਅੱਗ ਬਲਣੀ ਆ। ਵਿੱਚ ਮੈਂ ਮਿਕਸ ਕਰ ਦਿੰਦੀ ਅੱਛਾ ਜੀ ਘੇ ਜਿਹੜਾ ਵਿੱਚ ਮਿਕਸ ਕਰ ਚੁੱਕੀ, ਅੱਛਾ ਤਾਂ ਘੇ ਹੋ ਜਾਂਦਾ ਗਰਮ।
ਅੱਛਾ ਜੀ ਮੰਮੀ ਦਾ ਪਾਪਾ ਜੀ ਨਾਲ ਲਾ ਨੇ ਬੱਚਿਆਂ ਦੇ ਨਾਲ ਫਿਲਟਰ ਵੀ ਧੋਣ ਲੱਗੇ ਬੱਚੇ ਨਾਇ ਫਾਤਮਾ ਮੁਹੰਮਦ ਦਾ ਬਹੁਤ ਤੰਗ ਕਰਦੇ ਆ ਹੁਣ ਦਾਦੀ ਪਕੜ ਕੇ ਬੈਠੀ ਤੇ ਉਹਨਾਂ ਨੂੰ ਕਾਬੂ ਕਰਕੇ ਬੈਠੀ ਆ ਤੇ ਹੁਣ ਉਹਨਾਂ ਨੂੰ ਫਿਲਟਰ ਦਿੰਦੇ ਦੁੱਧ ਗਰਮ ਪਿਆ ਅੱਛਾ ਜੀ ਘੇ ਹੋ ਚੁੱਕਿਆ ਗਰਮ ਸੂਜੀ ਵਿੱਚ ਮੈਂ ਮਿਕਸ ਕਰ ਦਿੱਤੀ ਹਾਂਜੀ ਨਹੀਂ ਗਰਮ ਪਾਣੀ ਤੁਸੀਂ ਨਵੇਂ ਲਿਆ ਕੇ ਦਿਓ ਕਿਉਂਕਿ ਹਾਂਜੀ ਕਿਉਂਕਿ ਬਹੁਤ ਪੁਰਾਣੇ ਹੋ ਗਏ ਫਿਲਟਰ ਕਾਫੀ ਦੇਰ ਕਾਫੀ ਦੇਰ ਦੇ ਹੈ ਨਾ ਹਾਂਜੀ ਦੋ ਦੋ ਫਿਲਟਰ ਪੀਂਦੇ ਫਿਰ ਤੁਹਾਨੂੰ ਕਿਹਾ ਸੀ ਤੁਸੀਂ ਲੈਸਨ ਫਿਰ ਆਏ ਤੁਹਾਨੂੰ ਯਾਦ ਭੁੱਲ ਗਿਆ ਨਾ ਅੱਜ ਸੂਜੀ ਵਿੱਚ ਮਿਕਸ ਕਰ ਦਿੱਤੀ ਸੂਜੀ ਗੋਲਡਨ ਬਰਾਊਨ ਅੱਛੀ ਤਰ੍ਹਾਂ ਕਰੋ ਉਸ ਤੋਂ ਬਾਅਦ ਇਹਦੇ ਵਿੱਚ ਗੋਭੀ ਚਾਸ ਉਹ ਵਿੱਚ ਮਿਕਸ ਕਰੂੰ ਕਿਉਂਕਿ ਕਾਫੀ ਟਾਈਮਾਂ ਦੀ ਭੇਜ ਕੇ ਰੱਖੀ ਸੀ ਤਿਆਰ ਕਰਕੇ ਰੱਖੀ ਸੀਗੀ ਤਾਂ ਅੱਛੀ ਤਰ੍ਹਾਂ ਮੈਂ ਗੋਲਡਨ ਬਰਾਊਨ ਹੋ ਜਾਂਦੀ ਸੂਜੀ ਫਿਰ ਉਸ ਤੋਂ ਬਾਅਦ ਵਿੱਚ ਮਿਕਸ ਕਰੂੰ ਕਿਉਂਕਿ ਇਹਨੂੰ ਹਲਾਈ ਜਾਣਾ ਨੀਚੇ ਨਾ ਲੱਗ ਜਾਵੇ ਜ਼ਿਆਦਾ ਜਲ ਨਾ ਜਾਵੇ ਅੱਛਾ ਜੀ ਮੈਂ ਇੱਧਰਲਾ ਕੰਮ ਕਰਨ ਨਹੀਂ ਮੁਹੰਮਦ ਅਹਿਮਦ ਪਾਪਾ ਬੱਚਿਆਂ ਦਾ ਕੰਮ ਕਰਨ ਦੇ ਹਾਂਜੀ ਹਾਂਜੀ ਉਹ ਪਾਪਾ ਦਿੰਦਾ ਇੱਕ ਇੱਕ ਫੀਟ ਓਏ ਪਾਪਾ ਇੱਕ ਇੱਕ ਫੀਟਰ ਅੱਗੇ ਬੱਚਿਆਂ ਨੇ ਪੀ ਲਿਆ ਸੀ ਅਨਾਇ ਫਾਤਮਾ ਨੇ ਮੁਹੰਮਦ ਆਦਿਸ਼ ਨੇ ਆਹ ਦੇਖੋ ਛੋਟੇ ਛੋਟੇ ਫੀਟਰ ਆ ਫੀਟਰ ਫੁੱਲ ਹੋ ਦੋਨਾਂ ਦੇ ਅਨਾਇਆ ਦਾ ਅੱਧਾ ਨਾ ਉੱਪਰ ਅੱਗ ਤੇ ਸੀਗੀ ਨੀਚੇ ਜ਼ਿਆਦਾ ਜਲ ਨਾ ਜਾਵੇ ਅੱਛਾ ਜੀ ਪਾਣੀ ਵਿੱਚ ਮਿਕਸ ਕਰ ਦਿੱਤਾ ਅਤੇ ਅੱਛੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੀ ਫਿਰ ਉਸ ਤੋਂ ਬਾਅਦ ਮੇਵੇ ਵਗੈਰਾ ਉਹ ਮੈਂ ਸਾਫ਼ ਕਰ ਲੈਂਦੀ ਉਹ ਵਿੱਚ ਮਿਕਸ ਕਰ ਲੈਂਦੀ ਨਾਲ ਉੱਪਰ ਦੇ ਦਿਨ ਢੱਕਣ ਅੱਛਾ ਜੀ ਸੂਜੀ ਮਸ਼ਲਾ ਪੱਕ ਚੁੱਕੀ ਮੈਂ ਥੋੜ੍ਹੀ ਦੇਰ ਹੋਰ ਵਿੱਚ ਮਿਕਸ ਕਰ ਦਿੰਦੀ ਸੌਂਫ ਕਿਉਂਕਿ ਸੌਂਫ ਵਾਲੀ ਸੂਜੀ ਬੜੀ ਅੱਛੀ ਲੱਗਦੀ ਉਹਦੀ ਖੁਸ਼ਬੂ ਵਾਲੀ ਹੁੰਦੀ ਠੂਠੀ ਜਿਹੜੀ ਮੈਂ ਇਸ ਤਰ੍ਹਾਂ ਕੱਟ ਕੇ ਅਤੇ ਮੁਹੰਮਦ ਅਹਿਮਦ ਪਾਪਾ ਨੇ ਵਾਸ਼ ਕਰ ਦਿੱਤੇ ਇਸ ਪਾਣੀ ਮੈਂ ਨਿਕਾਲ ਕੇ ਨਾਲ ਵਿੱਚ ਮਿਕਸ ਕਰ ਦਿੰਦੀ ਹਾਂ ਸਾਰੀ ਦਿਹਾੜੀ ਮੇਰਾ ਸਿਰ ਖਾਂਦੇ ਆ ਸ਼ਾਮ ਟਾਈਮ ਪਾਪਾ ਦਾ ਖਾਇਆ ਕਰੋ ਨਾ ਫਾਤਮਾ ਅੱਲਾਹੁਮਾ ਬਾਈ ਤੋਂ ਬਾਹਰ ਨਹੀਂ ਪੜਨੇ ਉਹ ਵੇਖੋ ਬਾਲ ਪੜਦੀ ਉਹਦੇ ਅੱਲਾਹੁਮਾ ਬਾਈ ਨੂੰ ਲਾਇਲਾ ਭਰਾ ਲਾਇਲਾ ਅੱਛਾ ਨਾ ਫਾਤਮਾ ਲਾਇਲਾ ਹੀ ਪੜਦੀ ਅੱਲਾਹੁਮਾ ਹੀ ਪੜਦੀ ਆ ਵੱਜਣ ਦਿਆ ਉਹਦਾ ਮੂੰਹ ਵੱਜ ਇਹ ਸੌਂਦਾ ਵਾ ਕੋਈ ਨਹੀਂ ਇਨਸ਼ਾਅੱਲਾ ਮੈਂ ਬਹੁਤ ਗੱਲਾਂ ਕਰੂੰਗਾ ਦਾਨਿਸ਼ ਕਿਸੇ ਮੇਰੇ ਭੈਣ ਭਾਈ ਦੀ ਦੋ ਬਾਬਾ
ਥੋੜ੍ਹਾ ਥੋੜ੍ਹਾ ਪਾਉਣਾ, ਫਿਰ ਇੰਨਾ ਜ਼ਿਆਦਾ ਖਾ ਲੈਣਾ ਫਿਰ, ਕਿਉਂਕਿ ਹਾਲੇ ਗਰਮ, ਹਾਲੇ ਗਰਮ ਗਰਮ ਨਾ, ਥੋੜ੍ਹਾ ਥੋੜ੍ਹਾ ਪਾਓ। ਚਮਚ ਨਹੀਂ ਲੱਭੇ, ਅਸੀਂ ਹੱਥ ਨਹੀਂ ਖਾਲਾਂਗੇ। ਅਤੇ ਬਰਤਨ ਵਿੱਚ ਅੱਗ ਪਿੱਛੇ ਹੋਏ, ਬਸ ਮੇਰੇ ਪਾਸ ਇੰਨਾ ਕਰੋ, ਨਾਲ ਬੱਚੇ ਵੀ ਖਾ ਲੂਗੇ। ਦਾਨਿਸ਼ ਨਾਇਆ, ਨਾਇਆ ਨਾ ਨਾਇਆ ਵੇਖੋ, ਨਾਇਆ ਵੀ ਆ ਗਈ, ਤੇ ਨਾਇਆ ਫਾਤਿਮਾ ਤਿਆਰ ਵੀ ਹੋ ਗਈ ਖਾਣ ਲਈ। ਕਹਿ ਅੰਮਾ ਜੀ ਚਮਚ ਨਹੀਂ ਲੱਭਣ ਦੇ ਹੈਗੇ, ਚਮਚ ਗਾਹ ਪਛਾ ਹੋਏ ਆ। ਚਲ ਬੈਠ ਮੈਂ ਖਿਲਾ ਦਿੰਦੀ। ਇੱਕ ਦਾਦੀ ਨੀ ਚਿਮੜਿਆ, ਇੱਕ ਦਾਦੇ ਨੀ ਚਿਮੜਿਆ ਆਇਆ। ਆ ਲੈ ਦਾਦੇ ਤੇ ਬਾਲਟੀਆਂ ਚੁੱਕਣ ਦੀ। ਰੋਟੀ ਰਹਿ ਗਈ, ਹਾਂਡੀ ਮਾਸਲਾ ਪਾ ਗਈ। ਕਿਹੜਾ ਬਣਿਆ ਮਜ਼ਾ? ਕਿਉਂਕਿ ਮੌਸਮ ਠੰਡਾ ਸੀ, ਠੰਡੀ ਹਵਾ ਚੱਲ ਰਹੀ ਹੈ, ਮੌਸਮ ਦੇਖ ਸਕਦੇ ਬਦਲ ਹੈਗਾ। ਦਾਨਿਸ਼ ਨੂੰ ਖਿਲਾ ਦੋ ਨਾਲ। ਚੀਜ਼ਾਂ ਅੱਛਾ, ਮੈਂ ਚੀਜ਼ ਜਿਹੜੀ ਮੰਗਾਉਂਦੀ ਨਾ, ਮੈਂ ਸਰਾਣੇ ਥੱਲੇ ਖਾਂਦੇ ਹੁੰਦੇ, ਮੈਂ ਸਰਾਣੇ ਥੱਲੇ ਜੀ ਮੈਂ ਡੇਲੀ ਸਰਾਣਾ ਆ ਕੇ ਚੈੱਕ ਕਰਦੀ ਵੀ ਇੱਥੋਂ ਚੀਜ਼ਾਂ ਹੁੰਦਾ। ਕਹੂਗੀ ਚੀਜ਼ਾਂ ਨਾ ਆਇਆ, ਮਜ਼ਾ ਆਇਆ। ਛਾਪਰ ਵੀ ਖੜਕਦਾ ਹੋਵੇ ਤਾਂ ਕਹੂਗੀ ਚੀਜ਼ਾਂ। ਸ਼ਾਮ ਕਰੋ ਇੱਧਰ, ਪਹਿਲੇ ਅੱਲਾਹੁਮਾ ਸਨਾਮ, ਅੱਲਾਹੁਮਾ ਸਨਾਮ, ਅੱਲਾਹੁਮਾ ਅੱਲਾਹ।